ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਰੱਖਿਆ ਪ੍ਰਾਪਤੀ ਕੌਂਸਲ ਨੇ ਹਥਿਆਰਬੰਦ ਬਲਾਂ ਦੀਆਂ ਸਮਰੱਥਾਵਾਂ ਨੂੰ ਵਧਾਉਣ ਲਈ 223000 ਕਰੋੜ ਰੁਪਏ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਹੈ ਰੱਖਿਆ ਮੰਤਰਾਲਾ ਨੇ ਕਿਹਾ ਹੈ ਕਿ ਕੁੱਲ ਖਰੀਦ ਦਾ 98 ਫੀਸਦੀ ਘਰੇਲੂ ਉਦਯੋਗਾਂ ਤੋਂ ਲਿਆ ਜਾਵੇਗਾ ਇਹ ਆਤਮ ਨਿਰਭਰਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਭਾਰਤੀ ਰੱਖਿਆ ਉਦਯੋਗ ਨੂੰ ਹੁਲਾਰਾ ਦੇਵੇਗਾ ਕੌਂਸਲ ਨੇ ਦੋ ਤਰ੍ਹਾਂ ਦੇ ਐਂਟੀ ਟੈਂਕ ਹਥਿਆਰਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਤੋਂ ਇਲਾਵਾ ਰੱਖਿਆ ਮੰਤਰਾਲਾ ਨੇ T90 ਟੈਂਕਾਂ ਲਈ ਆਟੋਮੈਟਿਕ ਟਾਰਗੇਟ ਟਰੈਕਰ ਅਤੇ ਡਿਜੀਟਲ ਬੈਸਾਲਟਿਕ ਕੰਪਿਊਟਰ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ ਜਲ ਸੈਨਾ ਲਈ ਮੱਧਮ ਰੇਂਜ ਦੇ ਐਂਟੀਸ਼ਿਪ ਮਿਜ਼ਾਈਲਾਂ ਦੀ ਖਰੀਦ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਕੌਂਸਲ ਨੇ ਸਵਦੇਸ਼ੀਕਰਨ ਨੂੰ ਵਧਾਉਣ ਲਈ ਰੱਖਿਆ ਪ੍ਰਾਪਤੀ ਪ੍ਰਕਿਰਿਆ 2020 ਵਿੱਚ ਇੱਕ ਵੱਡੀ ਸੋਧ ਨੂੰ ਮਨਜ਼ੂਰੀ ਦਿੱਤੀ ਹੈ ਖਰੀਦ ਮਾਮਲਿਆਂ ਦੀਆਂ ਸਾਰੀਆਂ ਸ਼੍ਰੇਣੀਆਂ ਵਿੱਚ ਘੱਟੋ-ਘੱਟ 50% ਦਾ ਸਮਗਰੀ ਅਤੇ ਸੌਫਟਵੇਅਰ ਭਾਰਤ ਵਿੱਚ ਬਣਾਏ ਜਾਣਗੇ